ਕੁਝ ਦਿਨਾ ਤੋਂ ਮੌਸਮ ਤੇ ਬਦਲੇ ਮਿਜ਼ਾਜ ਦੇ ਨਾਲ ਅੰਦਾਜ਼ਾ ਕਿਸਾਨ ਦੇ ਮੱਥੇ ਤੇ ਚਿੰਤਾ ਦੀਆਂ ਡੂੰਘੀਆਂ ਲਕੀਰਾਂ ਖਿੱਚ ਦਿੱਤੀਆਂ ਹਨ ਉੱਤਰੀ ਭਾਰਤ ਦੇ ਕੁਝ ਹਿੱਸੇ ਸਮੇਤ ਪੰਜਾਬ ਚ ਹੋਈ ਭਾਰੀ ਬਾਰਿਸ਼ ਨਾਲ ਕਣਕ ਸਮੇਤ ਸਰੋਂ ਤੇ ਮੱਕੀ ਦੀਆਂ ਫਸਲਾਂ ਤੇ ਇਲਾਵਾ ਮੌਸਮੀ ਸਬਜ਼ੀਆਂ ਫਲ ਤੇ ਹਰੇ ਚਾਰੇ ਦੀ ਪੈਦਾਵਾਰ ਭਾਰੀ ਨੁਕਸਾਨ ਹੋਣ ਤੇ ਸੂਬੇ ਦਾ ਕਿਸਾਨ ਪੂਰੀ ਤਰ੍ਹਾਂ ਝੂcj ਰਿਹਾ ਹੈ ਅਤੇ ਇਸ ਤੇ ਕਿਸਾਨ ਦਾ ਕੀ ਕਹਿਣਾ ਸੀ ਇੱਕ ਵਾਰ ਤੁਸੀਂ ਵੀ ਸੁਣੋ ਜਨ ਹਿਤਾਸ਼ੀ টিআরপি ਨਹੀਂ ਖਰੀਦਦੇ ভরসা ਜਿੱਤੇ ਹੈ ਹਮ ਮੈਂ ਆਲਮਦੀਪ ਸਿੰਘ ਪਿੰਡ ਮੱਲ ਮਾਜਰਾ ਮੈਂ ਤਕਰੀਬਨ 50 55 ਏਕੜ ਕਣਕ ਬੀਜਦਾ 20 25 ਏਕੜ ਮੱਕੀ ਬੀਜੀ ਹੋਈ ਹੈ ਗੰਨਾ ਵੀ ਬੀਜਿਆ ਹੈ ਆਲੂ ਵੀ ਲਾਏ ਹੋਏ ਸੀਗੇ ਜਿਹੜੀ ਹੁਣ ਇਸ ਟਾਈਮ ਬਰਸਾਤ ਹੋਈ ਹੈ ਇਹਨੇ ਜਿਹੜੀ ਕਣਕ ਦੀ ਫਸਲ ਹੈ ਉਹਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਉਂਕਿ ਕਣਕ ਜਿਹੜੀ ਤਾਂ ਪੱਕੀ ਹੋਈ ਹੈ ਉਹ ਥੱਲੇगिर ਗਈ ਉਹਦੇ ਦਾਣਿਆਂ ਦਾ ਡਿਸਕਲਰ ਹੋ ਜਾਣੇ ਨੇ ਉਹਨਾਂ ਦਾ ਰੰਗ ਬਦਲ ਜਾਣਾ ਜਿਹੜੀਆਂ ਹਰੀਆਂ ਕਣਕਾਂ ਗਿਰਗੀਆਂ ਉਹਨਾਂ ਦੇ ਦਾਣੇ ਮਾਜੂ ਪੈ ਜਾਣੇ ਨੇ ਜ਼ਿਮੀਂਦਾਰ ਦਾ ਤਾਂ ਅੱਛਾ ਅਜੇ ਵੀ ਮੌਸਮ ਖੁੱਲਿਆ ਨਹੀਂ ਜੇ ਗਿਰੂ ਹੀ ਕਣਕ ਦੇ ਉੱਪਰ ਮੀਂਹ ਪੈ ਗਿਆ ਫਿਰ ਇਹਦਾ ਦਾਣਾ ਬਿਲਕੁਲ ਹੀ ਡਿਸਕਲਰ ਹੋ ਜਾਣਾ ਜ਼ਿਮੀਂਦਾਰ ਦਾ ਘੱਟੋ-ਘੱਟ 50% ਨੁਕਸਾਨ ਹੋਣ ਦਾ ਖਤਸ਼ਾ ਹੈ ਜੋ ਅੱਗੇ ਮੌਸਮ ਦੱਸ ਰਹੇ ਨੇ ਵੀ ਫਰਾਈਡੇ ਤੇ ਸੈਟਰਡੇ ਦੋ ਦਿਨ ਫੇਰ ਮੀਂਹ ਹੈ ਉਹਦੇ ਨਾਲ ਸਾਨੂੰ ਹੋਰ ਨੁਕਸਾਨ ਹੋਣ ਦਾ ਖਤਰਾ ਹੈ ਜਿਹੜੀ ਕੋਈ ਪਛੇਤੀ ਆਲੂਆਂ ਦੀ ਫਸਲ ਰਹਿੰਦੀ ਸੀ ਉਹ ਆਲੂ ਸਾਰਾ ਖੇਤਾਂ 'ਚ ਗਲ ਗਿਆ ਕਿਉਂਕਿ ਆਲੂ 'ਚ ਪਾਣੀ ਪੈ ਗਿਆ ਉਹਦੇ ਨਾਲ ਗਰੇ ਬਹਿ ਜਾਂਦੇ ਨੇ ਆਲੂ ਪੱਟਣ ਦੀ ਵੀ ਲੋੜ ਨਹੀਂ ਪੈਣੀ ਵਿਚੇ ਪਾਉਣਾ ਪੈਣਾ ਜਿੱਥੇ ਸਾਡੀ ਜ਼ਮੀਨ 'ਚ ਗੜੇ ਪਏ ਨੇ ਸਾਡੇ ਕਣੀ ਥੋੜਾ ਜਿਹਾ ਬ੍ਰਿਕ ਗੜਾ ਸੀ ਜਿਹੜੇ ਜਿੱਥੇ ਮੋٹے ਗੜੇ ਸੀ ਉੱਥੇ ਮੱਕੀ ਦੇ ਪੱਤੇ ਵੀ ਪਾੜ ਤੇ ਉਹਦੇ ਨਾਲ ਮੱਕੀ ਦੀ ਗ੍ਰੋਥ ਬਹੁਤ ਪ੍ਰਭਾਵਿਤ ਹੋਈ ਹੈ ਇਹ ਜਿਹੜਾ ਮੀਂਹ ਹੈ ਇਹਦਾ ਓਵਰਆਲ ਜ਼ਿਮੀਂਦਾਰਾਂ ਨੂੰ ਇਹ ਥੋੜਾ ਜਿਹਾ ਆਫ ਟਾਈਮ ਤੇ ਪਿਆ ਓਵਰਆਲ ਇਹਦਾ ਨੁਕਸਾਨ ਹੀ ਨੁਕਸਾਨ ਹੈ ਫਸਲ ਦੇ ਨਾਲ ਨਾਲ ਕਣਕ ਦੇ ਨਾਲ ਗੱਲ ਕਰੀਏ ਸਬਜ਼ੀਆਂ ਤੇ ਫਲਾਂ ਦੀ ਉਹਨਾਂ ਚ ਕਿੰਨੇ ਪਰਸੈਂਟ ਦੇਖੋ ਜਿਹੜੇ ਚਲੋ ਤੁਸੀਂ ਇਹ ਦੇਖੋ ਵੀ ਜਿਹੜੇ ਵੀ ਅੰਬ ਨੇ ਜਿੰਨਾ ਉਹਨਾਂ ਨੂੰ ਫਾਲਾ ਆਇਆ ਸੀ ਉਹਨਾਂ ਦਾ 40% ਫਾਲੇ ਨਾ ਹਵਾ ਮਾਂ ਨੇ ਝਾੜਤਾ ਦੂਜੀ ਗੱਲ ਇਹ ਹੈ ਵੀ ਜਿੰਨੀ ਨਮੀ ਫਸਲ ਲਾਈ ਸੀ ਆਹ ਸਬਜ਼ੀਆਂ ਬੇਲਾਂ ਬੂਲਾਂ ਉਹ ਸਾਰੀਆਂ ਪਾਣੀ ਦੇ ਵਿੱਚ ਆ ਗਈਆਂ ਇਹ ਜਿਹੜੀਆਂ ਬੇਲਾਂ ਨੇ ਤਾਂ ਇੱਕ ਦਿਨ ਪਾਣੀ ਚ ਰਹਿ ਜਾਣਾ ਉਹਦੇ ਨਾਲ ਹੀ ਖਤਮ ਹੋ ਜਾਂਦੀਆਂ ਨੇ ਇਸ ਕਰਕੇ ਜਿਹੜੀਆਂ ਨਵੀਆਂ ਭਿੰਡੀਆਂ ਜੰਮੀਆਂ ਨੇ ਉਹ ਵੀ ਬਚੇ ਰਹਿ ਗਈਆਂ ਸਬਜ਼ੀ ਦੀ ਫਸਲ ਦਾ ਜਿਆਦਾ ਨੁਕਸਾਨ ਹੈ ਕਿਉਂਕਿ ਉਹ ਫਸਲ ਹੁਣ 15 ਦਿਨ ਲੇਟ ਹੋਊਗੀ ਜੇ ਬਾਤ ਆਊਗੀ ਤਾਂ ਦੁਬਾਰਾ ਬੀਜ ਹੋਊਗੀ ਪਹਿਲਾਂ ਜਿਹੜੀਆਂ ਬੇਲਾਂ ਸਰਦੀਆਂ ਚ ਗ੍ਰੀਨ ਹਾਊਸਾਂ ਚ ਬੇਲਾਂ ਗਰੋ ਕਰਕੇ ਲਾਈਆਂ ਸੀ ਉਹ ਸਾਰੀਆਂ ਬੇਲਾਂ ਮਰ ਚੁੱਕੀਆਂ ਨੇ ਕਿਉਂਕਿ ਪਾਣੀ ਇੰਨਾ ਜਿਆਦਾ ਹੋ ਗਿਆ ਖੇਤਾਂ ਚ ਖੜਾ ਹੁਣੇ ਨਵੀਆਂ ਬੇਲਾਂ ਆਉਣਗੀਆਂ ਤਾਂ ਇਹ ਲੱਗਣਗੇ ਪਹਿਲਾਂ ਵੀ ਕਣਕ ਪਿਛਲੀ ਵਾਰ ਵੀ ਝਾੜ ਘੱਟ ਨਿਕਲਿਆ ਸੀ ਉਹ ਕਿਉਂ ਹਲੇ ਕਿਸਾਨ ਮਨ ਨੁਕਸਾਨ ਤੋਂ ਬਾਹਰ ਨਹੀਂ ਨਿਕਲੇ ਹੁਣ ਇਹ ਮਾਰ ਸਰਕਾਰ ਤੋਂ ਕੀ ਗੁਹਾਰ ਲਗਾਵੇ ਦੇਖੋ ਜੀ ਪਿਛਲੀ ਵਾਰੀ ਕਣਕ ਘਟ ਹੋਈ ਐ ਬਹੁਤ ਛੇਵੜ ਗਰੇਨ ਸੀ ਧਾਨ ਵੀ ਘਟ ਹੋਏ ਨੇ ਧਾਨਾਂ ਚ ਉਹ ਜਿਹੜੀ ਬਿਮਾਰੀ ਸੀ ਬੂਟਾ ਪੂਰਾ ਜਿਹਦੀ ਗ੍ਰੋਥ ਨਹੀਂ ਹੋਈ ਉਹਨੂੰ ਵੀ ਲੋਕਾਂ ਨੇ ਬਹੁਤ ਘਾਟਾ ਪਾਇਆ ਕਿਸੇ ਦੇ ਧਨ ਕਈ ਲੋਕਾਂ ਦੇ ਤਾਂ 15-15 20-20 ਕੁਆਂਟਲ ਦੇ ਨਿਕਲੇ ਨੇ ਇਸ ਤੋਂ ਵੀ ਘੱਟ ਨਿਕਲੇ ਨੇ ਜ਼ਿਮੀਂਦਾਰ ਨੂੰ ਆ ਤੀਜੀ ਫਸਲ ਐ ਜਿਹੇ ਚ ਕੁਦਰਤੀ ਮਾਰ ਪੈ ਗਈ ਦੇਖੋ ਸਰਕਾਰ ਹਰ ਜ਼ਿਮੀਂਦਾਰ ਦੀ ਮਾਂ ਹੁੰਦੀ ਐ ਸਰਕਾਰ ਨੂੰ ਅਸੀਂ ਅੰਨ ਪੈਦਾ ਕਰਕੇ ਦਿੰਨੇ ਆ ਇਹ ਸਰਕਾਰ ਨੂੰ ਹੁਣ ਜ਼ਿੰਮੇਵਾਰ ਦੀ ਬਾਹ ਫੜਨੀ ਚਾਹੀਦੀ ਹੈ ਤਾਂ ਹੀ ਜ਼ਿੰਮੇਵਾਰ ਕੰਮ ਆਉ ਉਹ ਦੇਖੋ ਇੱਕ ਫਸਲ ਦਾ ਮਸੀ ਜ਼ਿੰਮੇਵਾਰ ਝੱਲਣਯੋਗਾ ਹੁੰਦਾ ਉਹਦਾ ਘਟਾ ਜਿਨ੍ਹਾਂ ਨੇ ਠੇਕੇ ਤੇ ਜ਼ਮੀਨਾਂ ਲਈਆਂ ਨੇ ਉਹਨਾਂ ਦਾ ਮਾਰਜਿਨ ਹੀ 4-5000 ਰੁਪਏ ਦਾ ਜਿਹੜਾ ਝਾੜ ਘਟ ਜਾਣਾ ਉਹ 15-20000 ਦਾ ਘਟ ਜਾਣਾ ਉਹ ਵਿਚਾਰੇ ਤਿੰਨ ਫਸਲਾਂ ਤੋਂ ਪਿੱਛੇ ਤਿੰਨ ਸਾਲਾਂ ਤੋਂ ਪਿੱਛੇ ਨੇ ਉਹ ਕਿੱਥੋਂ ਨਾਲ ਰਲ ਜਾਣਗੇ ਜ਼ਿੰਮੇਵਾਰ ਦਾ ਜਿਹੜਾ ਹੈ ਉਹ ਬਹੁਤ ਅਰਥਵਿਦਿਸ਼ਾ ਉਹਦੀ ਖਰਾਬ ਹੋ ਚੁੱਕੀ ਹੈ ਸਰਕਾਰ ਨੂੰ ਸਾਡੀ ਤਾਂ ਇਹ ਪੁਰਜੋਰ ਅਪੀਲ ਹੈ ਵੀ ਇਹ ਗੱਲਬਾਰ ਸੋਚਣ ਧਿਆਨ ਦੇਣ ਵੀ ਇਹ ਜਿਹੜੀ ਕਣਕ ਘਟ ਗਈ ਧਾਨ ਘਟ ਗਏ ਉਹ ਤੋਂ ਪਹਿਲਾਂ ਕਣਕ ਘਟ ਗਈ ਉਹ ਜ਼ਿਮੀਦਾਰਾਂ ਦਾ ਜਾਂ ਤਾਂ ਜਿਹੜੇ ਏਰੀਏ 'ਚ ਇਹ ਫਸਲਾਂ ਗਿਰੀਆਂ ਨੇ ਉਹਨਾਂ ਦੀ ਲਾਇਦਾ ਗਦਾਬਰੀ ਕਰਾ ਕੇ ਜ਼ਿਮੀਦਾਰ ਨੂੰ ਥੋੜਾ ਬਹੁਤ ਕੋਪਨ ਸੇਟ ਜ਼ਰੂਰ ਕਰਨਾ ਚਾਹੀਦਾ ਮਨੋ ਵਿਕਰਮਜੀਤ ਸਿੰਘ ਤੇ ਮੇਰਾ ਏਰੀਆ ਸਮਰਾਲਾ ਜੀ ਇਸ ਮੌਸਮੀ ਬਰਸਾਤ ਨਾਲ ਜੇ ਆਪਾਂ ਨੁਕਸਾਨ ਦੀ ਗੱਲ ਕਰਦੇ ਹਾਂ ਤਾਂ ਕਾਫੀ ਵੱਡੇ ਲੈਵਲ ਦੇ ਨੁਕਸਾਨ ਆ ਜੀ ਤੇ ਜੇ ਮੈਂ ਆਪਣੀ ਖੇਤੀ ਦੀ ਗੱਲ ਕਰਦਾ ਤਾਂ ਮੈਂ 150 ਏਕੜ ਤੇ ਖੇਤੀ ਕਰਦਾ ਤਾਂ ਮੇਰੀ ਤਾਂ ਮੋਸਟਲੀ ਖੇਤੀ ਸਾਰੀ ਵੈਜੀਟੇਬਲ ਤੇ ਬਾਗਬਾਨੀ ਦੀ ਵਿੱਚ ਆ ਕਣਕ ਤਾਂ ਮੇਰੇ ਕੋਲ ਨਾ ਮਾਤਰੀ ਹੈ ਜੇ ਨੁਕਸਾਨ ਦੀ ਗੱਲ ਕਰਦਾਂ ਤਾਂ ਸਾਡਾ ਜਿਹੜਾ ਵਾਟਰਮੈਲਨ ਸੀ ਉਹਦਾ ਕਾਫੀ ਨੁਕਸਾਨ ਹੋਇਆ ਮੱਕੀ ਦਾ ਕਾਫੀ ਨੁਕਸਾਨ ਹੋਇਆ ਤੇ ਉਸ ਤੋਂ ਬਰਾ ਸਾਡੇ ਬਾਗ ਸੀਗੇ ਜਿਹੜਾ ਅਸੀਂ ਫਰੂਟ ਰੋਕਿਆ ਹੋਇਆ ਸੀ ਜਿਵੇਂ ਨਿੰਬੂ ਦਾ ਫਰੂਟ ਰੋਕਿਆ ਹੋਇਆ ਸੀ ਅਸੀਂ ਉਹਦਾ ਸਾਨੂੰ ਕਾਫੀ ਵੱਡੇ ਲੈਵਲ ਤੇ ਨੁਕਸਾਨ ਹੋਇਆ ਜੀ ਇਹ ਕਿੰਨੀ ਕਾਰਕਾਰ ਹੈ ਜਿਹੜੀ ਆਪਾਂ ਕਹਿ ਲਈਏ ਵੀ ਹੁਣ ਨਿੰਬੂ ਦੀ ਫਸਲ ਤਿਆਰ ਵੀ ਹੋਣੀ ਆ ਮੰ ਕਿੰਨਾ ਕੁ ਲਾਸ ਹੋਇਆ ਸਾਡੀ ਸਾਡੀ ਫਸਲ ਸਾਰੀ ਤਿਆਰ ਸੀਗੀ ਜੀ ਮੰਡੀ ਜਾਣ ਲਈ ਅਸੀਂ ਆਪ੍ਰੈਲ ਦੇ ਫਰਸਟ ਵੀਕ ਤੋਂ ਮੰਡੀ ਸ਼ੁਰੂ ਕਰਨੀ ਸੀਗੀ ਜੋ ਅਸੀਂ ਸਾਡਾ ਰੋਕਿਆ ਹੋਇਆ ਸੀਗਾ ਉਹ ਸਾਡਾ ਤਕਰੀਬਨ ਸਾਰਾ ਹੀ ਫਰੂਟ ਸਾਡਾ ਡੈਮੇਜ ਹੋ ਗਿਆ ਜਿਹਦੇ ਵਿੱਚੋਂ ਸਾਨੂੰ ਮਤਲਬ ਹੁਣ ਗ੍ਰੇਡਿੰਗ ਕਰਕੇ ਉਹਨੂੰ ਮੰਡੀ 'ਚ ਭੇਜਣਾ ਪਿਆ ਜੀ ਦਾ ਰੇਟ ਨਾਰਮਲ ਜਿਵੇਂ ਆਪ੍ਰੈਲ ਦੇ ਵਿੱਚ ਅਸੀਂ ਵੇਚਦੇ ਹਾਂ ਤਾਂ ਉਹ ਅਸੀਂ 90 ਰੁਪਏ 100 ਰੁਪਏ ਤੱਕ ਜਾਂਦਾ ਸੀਗਾ ਉਹ ਸਾਨੂੰ ਅੱਧੇ ਰੇਟ ਦੇ ਉੱਤੇ ਹੁਣ ਸਾਨੂੰ ਵੇਚਣਾ ਪੈਗਾ ਉਹਦੇ ਵਿੱਚੋਂ ਵੀ ਕਾਫੀ ਸਾਡਾ ਲਾਸ ਹੋਇਆ ਓਵਰ ਆਲ ਗੱਲ ਕਰੀਏ ਜੇ ਫਸਲਾਂ ਦੀ ਸਬਜ਼ੀਆਂ ਦੀ ਤੇ ਇਹਨਾਂ ਦਾ ਕਿੰਨਾ ਕਿੰਨਾ ਪਰਸੈਂਟ ਲਾਸ ਹੋਇਆ ਹੋਊਗਾ ਜੀ ਲਾਸ तकरीबन ਜੀ 40% ਤੱਕ ਲਾਸ ਹਰ ਚੀਜ਼ ਹਰ ਫਾਰਮਰ ਦਾ ਹੈਗਾ ਇਹ ਵਿੱਚ ਵਿੱਚ ਇਦਾਂ ਦੇ ਵੀ ਲਾਸ ਹੈਗੇ ਨੇ ਫਾਰਮਰਾਂ ਦੇ ਜਿਵੇਂ ਮੱਕੀ ਦੇ ਉੱਤੇ ਜਿਆਦਾ ਜਿੱਥੇ ਗੋਲੇ ਪਏ ਨੇ ਉੱਥੇ 100% ਵੀ ਲਾਸ ਹੋਇਆ ਤੇ ਜੇ ਮੈਂ ਸਾਡੀ ਮੈਂ ਆਪਣੀ ਗੱਲ ਕਰਦਾ ਤਾਂ ਸਾਡਾ ਲਾਸ ਮਨ ਲਓ 30 ਤੋਂ 40% ਸਾਡਾ ਵੀ ਲਾਸ ਹੈਗਾ ਜੀ ਕਿਉਂਕਿ ਸਾਡਾ ਜਿਆਦਾਤਰ ਫਰੂਟਸ ਦਾ ਕੰਮ ਆ ਕਾਫੀ ਚੀਜ਼ਾਂ ਦਾ ਸੀ ਆਪਸਿਜਨ ਤੇ ਸੀਗੇ ਪਰ ਜੇ ਮੈਂ ਸਾਡਾ ਨਿੰਬੂ ਦਾ ਮੇਨ ਸੀਜ਼ਨ ਸੀਗਾ ਹੁਣ ਨਿੰਬੂ ਦਾ ਸਾਨੂੰ ਕਾਫੀ ਲਾਸ ਹੋਇਆ ਕਿਉਂਕਿ ਅਸੀਂ ਮੈਂ ਗ੍ਰੇਡ ਤੇ ਸਿਰਕਾਰਨਾ ਹੁੰਦਾ ਉਹ ਸਾਡਾ ਮਤਲਬ ਜਿਆਦਾ ਪ੍ਰਸਾਦ ਔਨ ਕਰਕੇ ਸਾਰਾ ਫਰੂਟ ਗਰ ਗਿਆ ਉਹ ਸਾਨੂੰ ਲਾਸ ਹੋਇਆ ਜੀ ਅਸੀਂ ਸਰਕਾਰ ਤੋਂ ਉਮੀਦ ਕਰਦੇ ਆਂ ਵੀ ਜਿਹੜੇ ਜਿਹੜੇ ਕਿਸਾਨ ਮੰਨ ਲਓ ਇਹਦੇ ਵਿੱਚ ਨੁਕਸਾਨੀ ਗਏ ਨੇ ਉਹਨਾਂ ਦਾ ਸਰਵੇ ਕਰਵਾ ਕੇ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ